ਜੇ ਫਾਈਨਲ ਹੁੰਦਾ ਤਾਂ ਬਹੁਤ ਵਧੀਆ, ਚੰਗੀ ਗੱਲ ਹੈ। ਰੱਦ ਕਰਨ ਭੇਜ ਦੇਣਾ, ਅਸੀਂ ਵੀ ਦੇਖ ਲਈਏ 26 ਜਨਵਰੀ ਦਾ ਦਿਹਾੜਾ। ਕਿੱਥੇ ਦੇਖਣਾ? ਦਿੱਲੀ ਚ ਦੇਖ ਲਾਂਗੇ। ਬੁਰਾਨ ਸਾਹਿਬ ਜੀ ਸਸਪੈਂਸ਼ਨ ਦੀ ਡੇਟ ਵਧਾ ਦਿੰਦੇ ਆ, ਵਧਾ ਦਿੱਤੀ ਜਾਂਦੀ ਆ, ਹੋਰ ਕੋਈ ਮਤਲਬ ਨਹੀਂ ਸਸਪੈਂਡਡ ਦੀ, ਸਿਰਫ ਅਪੀਲ ਕਰਨ ਰੱਦ ਕਰ ਬਸ। ਨਹੀਂ, ਜੇਕਰ ਸਰਕਾਰ ਇਹ ਕਹਿੰਦੀ ਕਿ ਅਸੀਂ 3.5 ਸਾਲਾਂ ਲਈ ਅਪੀਲ ਕਰ ਦਿੰਦੇ ਆ, ਐਮਐਸਪੀ ਤੇ ਕਮੇਟੀ ਬਣਾਉਂਦੇ ਆ, ਫਿਰ ਵੀ ਕੋਈ ਜਥੇਬੰਦੀਆਂ ਦਾ ਵਿਚਾਰ ਨਹੀਂ ਹੋਏਗਾ? ਅਪੀਲ ਕਰ ਦਿੰਦੇ ਆ 3.5 ਸਾਲਾਂ ਵਾਸਤੇ, ਅਪੀਲ ਕਰ ਦਿੰਦੇ ਆ, ਸਸਪੈਂਡ ਸਸਪੈਂਸ਼ਨ ਤੇ ਕੋਈ ਮਤਲਬ ਨਹੀਂ। ਮਤਲਬ ਜੇ ਸਸਪੈਂਸ਼ਨ ਚਾਹੇ 10 ਸਾਲ ਦੀ ਕਰ ਦਿੰਦੇ ਆ, ਸਸਪੈਂਸ਼ਨ ਦਾ ਯਾਰ ਕੋਈ ਮਤਲਬ ਨਹੀਂ, ਸਸਪੈਂਸ਼ਨ ਤੇ ਕੋਈ ਮਤਲਬ ਜੇ ਐਮਐਸਪੀ ਤੇ ਕਮੇਟੀ ਬਣਾਉਣ ਨੂੰ ਅੱਜ ਕਹਿੰਦੇ ਆ, ਫਿਰ ਜੀ ਐਮਐਸਪੀ ਤੇ ਕਮੇਟੀ ਬਣਾਉਣਾ, ਐਮਐਸਪੀ ਸਰਕਾਰੀ ਖਰੀਦ ਤੇ ਪੀਡੀਐਸ, ਇਹ ਤੇ ਕਮੇਟੀ ਬਣਾ ਕੇ ਇੱਕ ਕਾਨੂੰਨੀ ਚਿੱਠੀ ਦੇ ਦੇਣ ਵੀ ਆ ਭਾਈ ਬਣ ਗਈ, ਦੂਜੀ ਗੱਲ ਕਰ ਲੈਣ ਵੀ ਆ ਕੰਕ ਨੂੰ ਰੱਦ ਹੋ ਕੇ ਵਗ ਜਾਗੇ। ਤੁਹਾਨੂੰ ਲੱਗਦਾ ਉਮੀਦ ਹੈ ਇੰਨਾ ਵਾਦੀ ਹੋ ਜਾਗਾ? ਨਹੀਂ, ਕੋਈ ਇੰਨੀ ਸੌਖੀ ਨਹੀਂ, ਸਰਕਾਰ ਬਹੁਤ ਚੀੜੀ ਸਰਕਾਰ ਹੈ, ਪਰ 26 ਵੀ ਨੇੜੇ ਆ ਰਹੀ ਹੈ ਜੀ, ਉਦੋਂ ਪਹਿਲਾਂ ਦਬਾਅ ਵੀ ਸੀ ਸਰਕਾਰ ਪੂਰਾ। ਹਾਂ, ਦਬਾਅ ਤਾਂ ਪੂਰਾ, ਅਸੀਂ ਵੀ ਚੀੜੇ, ਸਰਕਾਰ ਵੀ ਚੀੜੀ ਹੈ, ਦੋਨੇ ਚੀੜੇ। ਗ੍ਰਾਂ ਸਾਹਿਬ ਇਹ ਕਹਿ ਰਹੇ ਨੇ ਕਿਸਾਨ ਲੀਡਰ ਕਿ ਜੇਕਰ ਸਰਕਾਰ ਰਿਪੀਲ ਕਰ ਵੀ ਦਿੰਦੀ ਹੈ ਤਾਂ ਵੀ ਅਸੀਂ 26 ਜਨਵਰੀ ਦੀ ਪਰੇਡ ਕੱਟ ਕੇ ਜਾਵਾਂਗੇ। ਰਿਪੀਲ ਕਰ ਦਿੰਦੀ ਹੈ ਕਿ ਰੱਦ ਕਰ ਦਿੰਦੀ? ਰੱਦ ਕਰ ਦਿੰਦੀ ਜੇ ਰੱਦ ਕਰ ਦਿੰਦੇ ਫਿਰ 26 ਜਨਵਰੀ ਦੀ ਪਰੇਡ ਬਾਰੇ ਸੋਚਿਆ ਜਾਓ, ਕਿਉਂ ਕਰਾਂਗੇ ਭਲਾ? 26 ਜਨਵਰੀ ਪਰੇਡ ਤਾਂ ਵੈਸੇ ਹੈ, 26 ਜਨਵਰੀ ਪਰੇਡ ਕਰਨੀ ਹੈ ਕਿ ਨਹੀਂ ਕਰਨੀ? ਜੇ ਰੱਦ ਕਰਦੇ ਆ ਫਿਰ ਅਸੀਂ ਕਿਉਂ, ਫਿਰ ਕਾਹਦੇ ਵਾਸਤੇ? ਫਿਰ ਤਾਂ ਦੇਖਾਂਗੇ ਅਸੀਂ, 26 ਜਨਵਰੀ ਦੂਰ ਪਈ ਹੈ। ਜੇ ਫਰਜ਼ ਕਰ ਦਿਓ ਹੁਣ ਕਾਨੂੰਨੀ ਦੀ ਐਮਐਸਪੀ ਦੀ ਤੇ ਸਰਕਾਰੀ ਖਰੀਦ ਦੀ ਤੇ ਪੀਡੀਐਸ ਦਾ ਕਾਨੂੰਨ ਬਣਾ ਦਿੰਦੀ ਹੈ ਤੇ ਨਾਲ ਆਹ ਕਰ ਦਿੰਦੇ ਕਾਨੂੰਨ ਰੱਦ, ਫਿਰ ਅਸੀਂ 26 ਜਨਵਰੀ ਦਾ ਕਿਉਂ ਡੀਕਾਂਗੇ? ਛੱਬੀ ਤੋਂ ਬਾਅਦ ਸਾਨੂੰ ਤਾਂ ਨਹੀਂ ਅਜੇ ਤੱਕ ਹੋਇਆ, ਹੁਣ ਪਹਿਲਾਂ ਰੋਕਦੇ ਹੁੰਦੇ ਸੀ, ਹੁਣ ਤਾਂ ਸਾਡੇ ਨਾਲ ਗੱਡੀ ਆਉਂਦੀ ਜਿਹੜੀ ਉਹ ਆਉਂਦੀ ਆਪਣੀ ਗੱਡੀ ਗੱਡੀ। ਇਹ ਤਾਂ ਫਿਰ ਮਾਨਸਾ ਨੂੰ ਰੋਜ਼ ਪਤਾ ਹੋਣਾ, ਪੁਲਿਸ ਨੂੰ ਪਤਾ ਹੋਣਾ ਭਰਾਵਾ। ਉਗਰਾਹ ਸਾਹਿਬ ਜਿਵੇਂ ਜਹਾਜ਼ ਦਾ ਆਵਾਜ਼ਾ ਕਰਦਾ, 26 ਤਰੀਕ ਨੂੰ ਟਰੈਕਟਰ ਕਿੱਦਾਂ ਆਵਾਜ਼ਾ ਕੱਟਣਗੇ ਜੀ? ਉਹ ਤਾਂ ਤੁਸੀਂ ਦੇਖ ਲਿਓ, ਉੱਥੇ ਹੋਗੇ ਸਰਕਾਰ ਚੀੜੀ ਵਾਲੀ ਹੈ। ਤੁਹਾਨੂੰ ਲੱਗਦਾ ਨੀ ਸਰਕਾਰ ਨੂੰ ਰਵੱਈਆ ਹੋ ਜਾ ਕਰਨਾ ਚਾਹੀਦਾ? ਹਰ ਰੋਜ਼ 1 ਤੋਂ 2 ਕਿਸਾਨ ਦੀ ਮੌਤ ਹੋ ਰਹੀ ਹੈ, ਸਰਕਾਰ ਨੂੰ ਰੁਪਈਆ ਬਦਲਣਾ ਚਾਹੀਦਾ। ਇਹ ਜ਼ਰੂਰੀ ਹੈ ਸਰਕਾਰ ਵਾਸਤੇ ਕਿ ਹੁਣ ਸਰਕਾਰ ਲੋਕਾਂ ਦੀ ਚੁਣੀ ਹੋਈ ਸਰਕਾਰ ਹੈ, ਆਪਦੀ ਮਰਜ਼ੀ ਕਰਨੀ, ਇੰਨੀ ਚੀੜੀ ਚੱਲਣਾ ਸਰਕਾਰ ਦਾ ਕੰਮ ਨਹੀਂ ਹੈ। ਸਰਕਾਰਾਂ ਕਦੇ ਇਸ ਤਰ੍ਹਾਂ ਚੀੜੀਆਂ ਨਹੀਂ ਹੁੰਦੀਆਂ।